ਸਟੂਡੈਂਟਸ ਸਟੂਡੈਂਟਸ ਅੱਜ ਅਸੀਂ ਕਰਾਂਗੇ ਕਰੰਟ ਅਫੇਅਰ 8 ਮਾਰਚ 2024 ਸੋ ਸਾਰਿਆਂ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਸ਼ੁਰੂ ਕਰਦੇ ਆ ਫਰਸਟ ਕੁਐਸਚਨ ਹੈ ਵਿਚ ਸਟੇਟ ਹੈਜ਼ ਰੀਸੈਂਟਲੀ ਅਪਰੂਵਡ ਦੀ ਗ੍ਰੀਨ ਹਾਈਡਰੋਜਨ ਪਾਲਿਸੀ ਕਹਿੰਦੇ ਵੀ ਕਿਹੜੇ ਰਾਜ ਨੇ ਅਪਰੂਵ ਕੀਤੀ ਹੈ ਗ੍ਰੀਨ ਹਾਈਡਰੋਜਨ ਪਾਲਿਸੀ ਸੋ ਇਹ ਕੀਤੀ ਹੈ ਜਿਹੜੀ ਗ੍ਰੀਨ ਹਾਈਡਰੋਜਨ ਪਾਲਿਸੀ ਲਾਂਚ ਕੀਤੀ ਹੈ ਇਹ ਕੀਤੀ ਹੈ ਉੱਤਰ ਪ੍ਰਦੇਸ਼ ਨੇ ਨੈਕਸਟ Who has won the first prize in the 5th National Youth Parliament Festival 2024? Can they be Kenny prize? 5th prize at National Youth Parliament Festival, Doya Chovida. So age thea, Jaitin Baskar ne. Next. According to the National Statistical Office, India's unemployment rate may be fall by how much in 2023? Can they be SA? ਜਿਹੜਾ ਵੀ ਨੈਸ਼ਨਲ ਸਟੈਟਿਸਟਿਕਲ ਆਫਿਸ ਹੈ ਉਹ ਅੰਕੜੇ ਇਕੱਠੇ ਕਰਦੇ ਆ ਕਹਿੰਦੇ ਭਾਰਤ ਦੇ ਦੇ ਕਹਿੰਦੇ ਉਹਨਾਂ ਨੇ ਇੱਕ ਅਨਇੰਪਲੋਇਮੈਂਟ ਰੇਟ ਦੱਸਿਆ ਵੀ ਕਿੰਨਾ ਫਾਲ ਹੋ ਗਿਆ 2023 ਦੇ ਵਿੱਚ ਸੋ ਇਹ ਹੋਇਆ 3.1% ਨੈਕਸਟ ਹੂ ਹੈਜ਼ ਲਾਂਚਡ ਦੀ ਨੀਤੀ ਫੋਰ ਸਟੇਟਸ ਪਲੇਟਫਾਰਮ ਕਹਿੰਦੇ ਵੀ ਕਿਹਨੇ ਲਾਂਚ ਕੀਤਾ ਜਿਹੜਾ ਨੀਤੀ ਹਰ ਇੱਕ ਰਾਜਾਂ ਦੇ ਪਲੇਟਫਾਰਮ ਦੇ ਲਈ ਸੋ ਇਹ ਕੀਤਾ ਅਸ਼ਵਨੀ ਵੈਸ਼ਨਵ ਨੇ ਨੈਕਸਟ ਹੂ ਹੈਜ਼ ਲਾਂਚਡ ਮੀਥੇਨ ਸੈਟ ਕਹਿੰਦੇ ਵੀ ਕਿਹਨੇ ਲੌਂਚ ਕੀਤਾ ਮੀਥੇਨ ਸੈਟ ਸੋ ਇਹ ਕੀਤਾ ਸਪੇਸ ਐਕਸ ਨੇ ਨੈਕਸਟ ਵਿਚ ਕੰਟਰੀ ਹੈਜ਼ ਐਗਰੀ ਟੂ ਟ੍ਰੇਡ ਵਿਦ ਇੰਡੀਆ ਇਨ ਰੁਪੀਸ ਕਹਿੰਦੇ ਕਿਹੜੀ ਕੰਟਰੀ ਨੇ ਸਮਝੌਤਾ ਕੀਤਾ ਹੈ ਭਾਰਤ ਦੇ ਨਾਲ ਵਪਾਰ ਕਰਨ ਦੇ ਲਈ ਰੁਪਈਆ ਦੇ ਵਿੱਚ ਸੋ ਇਹ ਕੀਤਾ ਸਮਝੌਤਾ ਭਾਰਤ ਦੇ ਨਾਲ ਇੰਡੋਨੇਸ਼ੀਆ ਨੇ ਨੈਕਸਟ ਵਿੰਡੋ ਰੀ ਵਿੰਡੋ ਰੀ ਮੈਰੀਜ ਇਨਸੈਂਟਿਵ ਸਕੀਮ ਹੈਜ਼ ਬੀਨ ਇਨੋਗਰੇਟਿਡ ਇਨ ਵਿਚ ਸਟੇਟ ਕਹਿੰਦੇ ਵੀ ਕਿਨਾ ਨੇ ਜਿਹੜੀਆਂ ਵਿਧਵਾਵਾਂ ਹੁੰਦੀਆਂ ਉਹਨਾਂ ਦੇ ਰੀ ਮੈਰਿਜ ਵਾਸਤੇ ਇਨਸੈਂਟਿਵ ਸਕੀਮ ਖੋਲੀ ਹੈ ਭਾਰਤ ਦੇ ਕਿਹੜੇ ਰਾਜ ਨੇ ਸੋ ਇਹ ਜਿਹੜੀ ਸਕੀਮ ਹੈ ਵਿਡੋ ਰੀ ਮੈਰਿਜ ਇਹ ਖੋਲੀ ਹੈ ਝਾਰਖੰਡ ਨੇ ਨੈਕਸਟ ਵਿਚ ਸਟੇਟਸ ਮਜ਼ੂਲੀ ਮਾਸਕ ਹੈਜ਼ ਬੀਨ ਗਿਵ ਜੀਆਈ ਟੈਗ ਕਹਿੰਦੇ ਵੀ ਭਾਰਤ ਦੇ ਕਿਹੜੇ ਰਾਜ ਨੇ ਰਾਜ ਨੇ ਜਿਹੜਾ ਮਜ਼ੂਲੀ ਮਾਸਕ ਹੈ ਉਹਨੂੰ ਜਿਹੜਾ ਜੀਓਗ੍ਰਾਫੀਕਲ ਇੰਡੀਕੇਸ਼ਨ ਜਿਹੜਾ ਮਿਲਿਆ ਸੋ ਇਹ ਮਿਲਿਆ ਅਸਾਮ ਨੂੰ ਨੈਕਸਟ ਵੈਨ ਇਜ਼ ਇੰਟਰਨੈਸ਼ਨਲ ਵਿਮਨਸ ਡੇ ਸੈਲੀਬ੍ਰੇਟਡ ਕਹਿੰਦੇ ਕਿ ਇੰਟਰਨੈਸ਼ਨਲ ਜਿਹੜਾ ਵਿਮਨਸ ਡੇ ਹੈ ਇਹ ਕਦੋਂ ਸੈਲੀਬ੍ਰੇਟ ਕੀਤਾ ਸੋ ਦੋਸਤੋ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜਾ ਇੰਟਰਨੈਸ਼ਨਲ ਵਿਮਨਸ ਡੇ ਹੈ ਇਹ 8 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਨੈਕਸਟ ਨਰੇਸ਼ ਕੁਮਾਰ ਹੈਜ਼ ਬੀਨ ਇੰਡੀਆਜ਼ ਅੰਬੈਸਡਰ ਟੂ ਵਿਚ ਕੰਟਰੀ ਕਹਿੰਦੇ ਨਰੇਸ਼ ਕੁਮਾਰ ਦੱਸੋ ਜਿਹੜਾ ਪਹਿਲਾ ਭਾਰਤੀ ਹੈ ਜਿਹੜਾ ਦੱਸੋ ਕਿਹੜੇ ਮਤਲਬ ਦੇਸ਼ ਦਾ ਪਹਿਲਾ ਬ੍ਰੈਂਡ ਅੰਬੈਸਡਰ ਬਣਿਆ ਸੋ ਇਹ ਬਣਿਆ ਮੋਤਰੀਨ ਮਾਰੂਟੀ ਨੇ ਜਿਹਾ ਕੋਈ ਦੰਦਾ ਦੇਸ਼ ਹੈ ਕੋਈ ਉਥੋਂ ਦਾ ਬਣਿਆ ਸੋ ਫਰੈਂਡਸ ਵੀਡੀਓ ਵਧੀਆ ਲੱਗੀ ਤੇ ਐਂਡ ਤੱਕ ਜਰੂਰ ਦੇਖਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਸੋ ਬਣੇ ਲੋ ਬਲੈਕਪੁਲ ਪੁਆਇੰਟ YouTube ਚੈਨਲ ਦੇ ਨਾਲ ਜਲਦੀ ਹੀ ਆਵਾਂਗੇ ਨਵੀਂ ਵੀਡੀਓ ਦੇ ਨਾਲ ਸੋ ਧੰਨਵਾਦ